स्वागत ਲਈ ਪਹੁੰਚ ਰਹੇ ਹੋ ਭਗਵੰਤ ਮਾਨ ਜੀ ਇੱਥੇ ਪਹੁੰਚ ਚੁੱਕੇ ਨੇ ਤੁਹਾਡੀ ਲੀਡਰਸ਼ਿਪ ਪਹੁੰਚ ਚੁੱਕੀ ਹੈ ਥੋੜੇ ਸਮੇਂ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਗੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਅੱਜ ਤਾਂ ਸਿਰਫ ਅਸੀਂ ਧੰਨਵਾਦ ਕਰਨਾ ਸਮੁੱਚੇ ਪੰਜਾਬ ਦਾ ਤੇ ਦੇਸ਼ ਵਿਦੇਸ਼ ਚ ਵਸਦੇ ਪੰਜਾਬੀਆਂ ਦਾ ਜਿਨ੍ਹੇ ਸਾਡੇ ਜਿਨ੍ਹਾਂ ਨੇ ਸਾਡੇ ਨਾਲ ਨਵਾਂ ਪੰਜਾਬ ਸਿਰਜਣ ਦੀ ਸਾਂਝ ਪਾਈ ਅੱਜ ਪੰਜਾਬ ਦੇ ਲੋਕਾਂ ਨੇ ਮੈਂਡੇਟ ਦਿੱਤਾ ਹੈ ਕਲੀਅਰ ਮੈਂਡੇਟ ਇਤਿਹਾਸ ਸਿਰਜਿਆ ਹੈ ਤੇ ਹੁਣ ਇਤਿਹਾਸ ਤੋਂ ਬਾਅਦ ਮੋਢਿਆਂ ਦੇ ਉੱਤੇ ਭਾਰ ਰਹੇਗਾ ਭਗਵੰਤ ਮਾਨ ਦੇ ਤੁਹਾਡੇ ਜਿੰਨੀਆਂ ਜਿੰਨੀਆਂ ਵੋਟਾਂ ਵਧੀਆਂ ਜਿੰਨੀਆਂ ਜਿੰਨੀਆਂ ਸੀਟਾਂ ਵਧੀਆਂ 117 ਦੀਆਂ 117 ਸੀਟਾਂ ਦਾ ਸਾਡੇ ਸਿਰਾਂ ਤੇ ਭਾਰ ਨਹੀਂ ਸਾਡੇ ਸਿਰਾਂ ਤੇ ਕਰਜ਼ ਰਹੇਗਾ ਹੁਣ ਅਸੀਂ ਉਸ ਕਰਜ਼ ਨੂੰ ਉਤਾਰਨ ਲਈ ਦਿਨ ਦੁੱਗਣੀ ਤੇ ਰਾਤ ਚੌਗਣੀ ਮਿਹਨਤ ਕਰਕੇ ਉਤਾਰਾਂਗੇ ਜਿੰਨੀਆਂ ਵੋਟਾਂ ਵਧਾ ਵਧੀਆਂ ਲੀਡਰਸ਼ਿਪ ਪੰਜਾਬ ਭਰ ਤੋਂ ਪਹੁੰਚ ਰਹੀ ਹੈ ਇੱਥੇ ਜੀ ਇੱਥੇ ਪੰਜਾਬ ਭਰ ਤੋਂ ਸਾਰੇ ਐਮਐਲਏ ਸਾਹਿਬਾਨ ਪਹੁੰਚ ਰਹੇ ਆ ਸਾਰੇ ਵਲੰਟੀਅਰ ਸਾਥੀ ਕੀ ਖਾਸ ਰਹਿਣ ਵਾਲਾ ਹੈ ਅੱਜ ਦੇ ਦਿਨ ਦੇ ਲਈ ਆਪਣੇ ਇਸ ਅੱਜ ਦੇ ਦਿਨ ਦਾ ਸਭ ਤੋਂ ਵੱਧ ਧੰਨਵਾਦ ਉਹਨਾਂ ਵੋਟਰ ਤੇ ਸਪੋਰਟਰ ਸਾਥੀਆਂ ਦਾ ਹੀ ਰਹਿਣ ਵਾਲਾ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਆ ਚੁਣੌਤੀ ਮੰਨਦੇ ਹੋ ਆਮ ਆਦਮੀ ਪਾਰਟੀ ਦੇ ਲਈ ਵੀ ਅਗਲੇ ਸਮੇਂ ਦੇ ਵਿੱਚ ਚੁਣੌਤੀ ਰਹੇਗੀ ਜਸਵੀਰ ਗੱਡੀ ਚੁਣੌਤੀਆਂ ਤਾਂ ਹਮੇਸ਼ਾ ਸਮੇਂ-ਸਮੇਂ ਤੇ ਰਹਿੰਦੀਆਂ ਹੀ ਆ ਪਰ ਅਸੀਂ ਚੁਣੌਤੀਆਂ ਕਬੂਲਣ ਦੇ ਲਈ ਅੱਗੇ ਵੱਧ ਰਹੇ ਹਾਂ ਆਮ ਘਰਾਂ ਦੇ ਧੀਆਂ ਪੁੱਤਾਂ ਵੱਧਦੇ ਰਹੇ ਹਾਂ ਤੇ ਵੱਧਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਸੋ ਇੱਥੇ ਤਮਾਮ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਵਰਕਰ ਨੇ ਲੀਡਰ ਨੇ ਉਹ ਪਹੁੰਚ ਰਹੇ ਨੇ ਅਮਨ ਅਰੋੜਾ ਪਹੁੰਚੇ ਨੇ ਥੋੜੇ ਸਮੇਂ ਪਹਿਲਾਂ ਤੇ ਰਾਘਵ ਚੱਡਾ ਭਗਵੰਤ ਮਾਨ ਇਹ ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਇੱਥੇ ਪਹੁੰਚ ਰਹੇ ਨੇ ਪਲ ਪਲ ਦੀ ਜਾਣਕਾਰੀ ਤੁਹਾਨੂੰ ABP ਸਾਂਝਾ ਦਿੰਦਾ ਰਹੇਗਾ ਤੁਸੀਂ ਜੁੜੇ ਰਹੋ ABP ਸਾਂਝਾ ਦੇ ਨਾਲ